ਸੀ। ਜੇ ਉਹਨਾਂ ਦੇ ਆਪਾਂ ਗਾਣਿਆਂ ਦੀ ਗੱਲ ਕਰੀਏ ਤਾਂ ਹਰ ਇੱਕ ਗਾਣਾ ਦਾ ਸੁਪਰਹਿੱਟ ਹੁੰਦਾ ਸੀ ਤੇ ਜੱਗ ਤੇ ਹਮੇਸ਼ਾ ਹੀ ਉਹਨਾਂ ਦੇ ਗਾਣੇ ਅਮਰ ਵੀ ਰਹਿਣਗੇ ਉਹਨਾਂ ਦੇ ਨਾਂ ਵਾਂਗੂ। ਜਿਹੜੇ ਪੰਜਾਬੀ ਨੇ ਉਹ ਗਾਣਾ ਨਹੀਂ ਸੁਣਿਆ ਜਾਂ ਤਾਂ ਪੰਜਾਬ ਦਾ ਨਹੀਂ ਜਾਂ ਫਿਰ ਉਹਨੇ ਕਦੀ ਮਿਊਜ਼ਿਕ ਨਹੀਂ ਸੁਣਿਆ। ਤੁਹਾਡੇ ਸਾਰਿਆਂ ਦੇ ਨਾਲ ਗਾਉਣਾ ਪਹਿਲੇ ਲਲਕਾਰੇ ਨਾਲ, ਇਹਨੂੰ ਕਹਿੰਦੇ ਅਮਰ ਗਾਣੇ, ਕਹਿੰਦੇ ਗੰਦ ਪਾਉਂਦਾ ਸੀ। ਆ ਹੁਣ ਟੀਵੀ ਵੇਖਿਆ ਜਾਂਦਾ ਭਲਾ, ਜਾਂ ਤਾਂ ਮਾਂ ਉੱਠ ਕੇ ਚੱਲ ਜਾਂਦੀ ਹੈ ਜਾਂ ਭੈਣ ਕੋਲੋਂ ਮੂੰਹ ਲੁਕਾਈਦਾ। ਮੈਂ ਕਹਿੰਦਾ ਫਿੱਟੇ ਮੂੰਹ ਇਹੋ ਜਿਹੇ ਕਲਾਕਾਰਾਂ ਦੇ ਸ਼ਰਮ ਆਉਣੀ ਚਾਹੀਦੀ ਆ। ਇਹ ਕਲਾਕਾਰੀ ਹੈ, ਕੋਈ ਐਡ ਨਹੀਂ, ਕੋਈ ਇਸ਼ਤਿਹਾਰ ਨਹੀਂ, ਜ਼ਿੰਦਗੀ ਵੀ ਗਵਾਤੀ ਗੀਤਾਂ ਪਿੱਛੇ, ਪਰ ਅੱਜ ਵੀ ਦਿਲਾਂ 'ਚ ਵੱਸਦਾ ਹੈ। ਇਹ ਆ ਅਸਲੀ ਪ੍ਰਾਪਤੀ, ਮਰਨ ਤੋਂ ਬਾਅਦ ਕਿੰਨੇ ਸਾਲ ਕਿਸੇ ਨੂੰ ਯਾਦ ਕਰਿਆ ਜਾਂਦਾ। ਉਹਦੀ ਇਹ ਆਵਾਜ਼ ਜੱਟਾਂ, ਉਹਦੀ ਇਹ ਆਵਾਜ਼ ਜੱਟਾਂ ਤੁਣ ਤੁਣ ਦੀ। ਪਹਿਲਾਂ ਤਾਂ ਤੁਹਾਡਾ ਵਿਰਸਾ ਟੀ ਵੀ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਆਪਾਂ ਗੱਲ ਕਰਾਂਗੇ ਉਹ ਪੰਜਾਬੀ ਸਿੰਗਰ ਬਾਰੇ ਜਿਹਨਾਂ ਨੂੰ ਆਪਾਂ ਕਦੇ ਵੀ ਭੁੱਲ ਨਹੀਂ ਸਕਦੇ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਦੇ ਵੀ ਉਹਨਾਂ ਦਾ ਘਾਟਾ ਪੂਰਾ ਨਹੀਂ ਹੋ ਸਕਦਾ। ਜੇ ਆਪਾਂ ਉਹਨਾਂ ਦੀ ਸਿੰਗਿੰਗ ਦੀ ਗੱਲ ਕਰੀਏ, ਇੰਨੀ ਕੁ ਜ਼ਿਆਦਾ ਵਧੀਆ ਕਿ ਅੱਜ ਵੀ ਉਹਨਾਂ ਦੇ ਗਾਣੇ ਡੀਜਿਆਂ 'ਤੇ ਵੱਜਦੇ ਨੇ। ਕਈ ਸਿੰਗਰ ਉਹਨਾਂ ਦੇ ਗਾਣੇ ਗਾ ਕੇ ਹੀ ਆਪਣਾ ਗੁਜ਼ਾਰਾ ਕਰਦੇ ਨੇ ਅਤੇ ਜਿਹਨਾਂ ਦਾ ਹਰ ਇੱਕ ਗਾਣਾ ਉਸ ਟਾਈਮ ਸੁਪਰਹਿੱਟ ਹੁੰਦਾ ਸੀ ਜਦੋਂ ਕਿ ਸੋਸ਼ਲ ਮੀਡੀਆ ਹੈ ਨਹੀਂ ਸੀ। ਜੇ ਉਹਨਾਂ ਦੇ ਆਪਾਂ ਗਾਣਿਆਂ ਦੀ ਗੱਲ ਕਰੀਏ ਤਾਂ ਹਰ ਇੱਕ ਗਾਣਾ ਦਾ ਸੁਪਰਹਿੱਟ ਹੁੰਦਾ ਸੀ ਅਤੇ ਜੱਗ 'ਤੇ ਹਮੇਸ਼ਾ ਹੀ ਉਹਨਾਂ ਦੇ ਗਾਣੇ ਅਮਰ ਵੀ ਰਹਿਣਗੇ ਉਹਨਾਂ ਦੇ ਨਾਂ ਵਾਂਗੂ। ਅਸੀਂ ਗੱਲ ਕਰ ਰਹੇ ਹਾਂ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਕੌਰ ਜੀ ਬਾਰੇ। ਉਹਨਾਂ ਦਾ ਜਨਮ 21 ਜੁਲਾਈ 1960 ਨੂੰ ਮਾਤਾ ਕਰਤਾਰ ਕੌਰ ਦੀ ਕੁੱਖੋਂ ਅਤੇ ਸਰਦਾਰ ਹਰੀ ਸਿੰਘ ਦੇ ਘਰ ਪਿੰਡ ਦੁੱਗਰੀ ਜ਼ਿਲ੍ਹਾ ਲੁਧਿਆਣਾ ਪੰਜਾਬ ਵਿਖੇ ਹੋਇਆ। ਅਮਰ ਸਿੰਘ ਚਮਕੀਲਾ ਦਾ ਪੂਰਾ ਨਾਮ ਧਨੀ ਰਾਮ ਸਿੰਘ, ਪਰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਉਹਨਾਂ ਨੂੰ ਅਮਰ ਸਿੰਘ ਚਮਕੀਲਾ ਦੇ ਨਾਮ ਨਾਲ ਜਾਣਦੇ ਸੀ। ਅਮਰ ਸਿੰਘ ਚਮਕੀਲਾ ਦਾ ਪਹਿਲਾ ਵਿਆਹ ਗੁਰਵੈਲ ਕੌਰ ਦੇ ਨਾਲ ਹੋਇਆ ਸੀ ਅਤੇ ਉਹਨਾਂ ਦੇ ਦੋ ਬੇਟੀਆਂ ਵੀ ਸੀ, ਜਿਸ ਦਾ ਨੇਮ ਅਮਨਦੀਪ ਕੌਰ ਅਤੇ ਕਮਲਦੀਪ ਕੌਰ। ਅਤੇ ਕਮਲਦੀਪ ਕੌਰ ਅੱਜ ਦੇ ਟਾਈਮ ਪੰਜਾਬੀ ਸਿੰਗਰ ਨੇ। ਅਤੇ ਦੂਜਾ ਵਿਆਹ ਉਹਨਾਂ ਦਾ ਆਪਣੀ ਕਿਉਂ ਸਿੰਗਰ ਅਮਰਜੋਤ ਕੌਰ ਦੇ ਨਾਲ ਹੀ ਹੋਇਆ ਸੀ, ਜਿਸ ਤੋਂ ਬਾਅਦ ਉਹਨਾਂ ਦੇ ਘਰ ਵਿੱਚ ਇੱਕ ਸਪੁੱਤਰ ਨੇ ਜਨਮ ਲਿਆ, ਜਿਸ ਦਾ ਨਾਂ ਜੈਮਨ ਚਮਕੀਲਾ ਰੱਖਿਆ। ਜੇ ਆਪਾਂ ਅਮਰ ਸਿੰਘ ਚਮਕੀਲਾ ਦੀ ਸਕੂਲਿੰਗ ਦੀ ਵਾਰੀ ਗੱਲ ਕਰੀਏ, ਉਹਨਾਂ ਨੇ ਆਪਣੀ ਪੜ੍ਹਾਈ ਗੁੱਜਰ ਖਾਂ ਪਬਲਿਕ ਸਕੂਲ ਦੁਗਰੀ ਤੋਂ ਹੀ ਕੀਤੀ। ਘਰ 'ਚ ਗਰੀਬੀ ਹੋਣ ਕਰਕੇ ਆਪਣੀ ਅੱਗੇ ਦੀ ਪੜ੍ਹਾਈ ਨਹੀਂ ਕਰ ਸਕੇ। ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਹੀ ਕੱਪੜੇ ਦੀ ਫੈਕਟਰੀ ਵਿੱਚ ਵੀ ਕੰਮ ਕੀਤਾ ਅਮਰ ਸਿੰਘ ਚਮਕੀਲਾ ਨੇ। ਅਮਰ ਸਿੰਘ ਚਮਕੀਲਾ ਨੂੰ ਗਾਉਣ ਦਾ ਤਾਂ ਸ਼ੁਰੂ ਤੋਂ ਹੀ ਸ਼ੌਂਕ ਸੀ। 1979 ਦੇ ਵਿੱਚ ਅਮਰ ਸਿੰਘ ਚਮਕੀਲਾ ਸੁਰਿੰਦਰ ਛਿੰਦਾ ਜੀ ਨੂੰ ਮਿਲਿਆ ਅਤੇ ਉਸ ਟਾਈਮ ਸੁਰਿੰਦਰ ਛਿੰਦਾ ਬਹੁਤ ਹੀ ਫੇਮਸ ਪੰਜਾਬੀ ਸਿੰਗਰ ਸੀ ਉਸ ਟਾਈਮ ਦੇ। ਸੁਰਿੰਦਰ ਛਿੰਦਾ ਨੇ ਅਮਰ ਸਿੰਘ ਚਮਕੀਲਾ ਨੂੰ ਆਪਣੇ ਨਾਂ ਰੱਖ ਲਿਆ ਅਤੇ ਉਸ ਟਾਈਮ ਅਮਰ ਸਿੰਘ ਚਮਕੀਲਾ ਵੀ ਗਾਣੇ ਲਿਖ ਲੈਂਦਾ ਸੀ ਅਤੇ ਉਹਨਾਂ ਨੇ ਆਪਣੇ ਲਿਖੇ ਹੋਏ ਗਾਣੇ ਸੁਰਿੰਦਰ ਛਿੰਦਾ ਜੀ ਨੂੰ ਦਿੱਤੇ। ਅਮਰ ਸਿੰਘ ਚਮਕੀਲਾ ਦੇ ਲਿਖੇ ਹੋਏ ਗਾਣੇ ਲੋਕਾਂ ਨੇ ਬਹੁਤ ਹੀ ਜ਼ਿਆਦਾ ਪਸੰਦ ਵੀ ਕੀਤੇ ਅਤੇ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਗਾਣਿਆਂ ਨੂੰ। ਪਰ ਗੀਤਕਾਰੀ ਦੇ ਵਿੱਚੋਂ ਅਮਰ ਸਿੰਘ ਚਮਕੀਲੇ ਦਾ ਗੁਜ਼ਾਰਾ ਨਹੀਂ ਸੀ ਹੁੰਦਾ। ਇਸ ਤੋਂ ਬਾਅਦ ਹੀ ਅਮਰ ਸਿੰਘ ਚਮਕੀਲਾ ਨੇ ਆਪਣੇ ਗਾਣੇ ਆਪ ਗਾਉਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਉਹਨਾਂ ਨੇ 1980 ਦੇ ਵਿੱਚ ਉਹਨਾਂ ਨੇ ਆਪਣੀ ਪਹਿਲੀ ਐਲਬਮ ਕੱਢੀ, ਜਿਸ ਦੇ ਵਿੱਚ ਉਹਨਾਂ ਦੇ ਆਪਣੇ 8 ਗਾਣੇ ਸੀ ਜੋ ਕਿ ਸਾਰੇ ਦੇ ਸਾਰੇ ਗਾਣੇ ਆਪ ਲਿਖੇ ਸੀ। ਉਹਨਾਂ ਦੀ ਪਹਿਲੀ ਡਿਊਟ ਜੋੜੀ ਸੀ ਜੋ ਸੁਰਿੰਦਰ ਸੋਨੀਆ ਦੇ ਨਾਲ ਸੀ ਅਤੇ ਪਹਿਲੀ ਐਲਬਮ ਵੀ ਉਹਨਾਂ ਦੀ ਸੁਰਿੰਦਰ ਸੋਨੀਆ ਦੇ ਨਾਲ ਹੀ ਆਈ ਸੀ। ਫਿਰ ਉਹਨਾਂ ਨੇ ਦੂਜੀ ਜੋੜੀ ਬਣਾਈ ਮਿਸ ਊਸ਼ਾ ਦੇ ਨਾਲ ਅਤੇ ਇਸ ਤੋਂ ਬਾਅਦ ਉਹਨਾਂ ਦੀ ਆਖਰੀ ਜੋ ਜੋੜੀ ਬਣੀ ਅਮਰਜੋਤ ਦੇ ਨਾਲ, ਜੋ ਕਿ ਆਖਰ ਤੱਕ ਉਹਨਾਂ ਦੇ ਨਾਲ ਰਹੀ। ਜਿਵੇਂ ਕਿ ਤੁਹਾਨੂੰ ਦੱਸ ਦਈਏ, ਬੀਬਾ ਅਮਰਜੋਤ ਕੌਰ ਦੀ ਪਹਿਲਾਂ ਵੀ ਮੈਰਿਜ ਹੋਈ ਸੀ ਅਤੇ ਉਹਨਾਂ ਨੂੰ ਗਾਉਣ ਦਾ ਸ਼ੌਂਕ ਬਹੁਤ ਹੀ ਸੀ। ਇਸ ਕਰਕੇ ਉਹਨਾਂ ਨੇ ਆਪਣੀ ਮੈਰਿਜ ਲਾਈਫ ਛੱਡ ਕੇ ਆਪਣਾ ਸੁਪਨਾ ਪੂਰਾ ਕਰਨ ਦੇ ਲਈ ਅਮਰ ਸਿੰਘ ਚਮਕੀਲਾ ਦੇ ਨਾਲ ਗਾਉਣਾ ਸ਼ੁਰੂ ਕਰ ਦਿੱਤਾ। ਅਮਰ ਸਿੰਘ ਚਮਕੀਲਾ ਉਸ ਟਾਈਮ ਇੰਨਾ ਕੁ ਜ਼ਿਆਦਾ ਫੇਮਸ ਹੋ ਗਿਆ ਸੀ ਕਿ ਉਸ ਟਾਈਮ ਪੰਜਾਬ ਦੇ ਵੱਡੇ ਵੱਡੇ ਸਿੰਗਰ ਵੀ ਅਮਰ ਸਿੰਘ ਚਮਕੀਲਾ ਨੇ ਵਿਹਲੇ ਕਰਦੇ ਸੀ। ਬਾਕੀ ਕਲਾਕਾਰਾਂ ਨੂੰ ਇੰਨੇ ਸ਼ੋਅ ਨਹੀਂ ਸੀ ਮਿਲਦੇ, ਠੀਕ ਹੈ, ਜਿੰਨੇ ਅਮਰ ਸਿੰਘ ਚਮਕੀਲਾ ਨੂੰ ਮਿਲਦੇ ਸੀ। ਇੱਕ ਬਾਇਓਗ੍ਰਾਫੀ ਦੇ ਵਿੱਚ ਕਿਸੇ ਨੇ ਸ਼ੇਅਰ ਕੀਤਾ ਹੈ ਕਿ 365 ਦਿਨਾਂ ਦੇ ਵਿੱਚ ਅਮਰ ਸਿੰਘ ਚਮਕੀਲਾ ਦੇ 366 ਪ੍ਰੋਗਰਾਮ ਸੀ। ਬਹੁਤ ਵੱਡੀ ਗੱਲ ਸੀ ਕਿ ਅਮਰ ਸਿੰਘ ਚਮਕੀਲਾ ਨੂੰ ਇੱਕ ਸਾਲ 'ਚ 366 ਪ੍ਰੋਗਰਾਮ ਬੁੱਕ ਸੀ। ਉਹਨਾਂ ਨੇ ਪੰਜਾਬ ਵਿੱਚ ਹੀ ਨਹੀਂ ਦੇਸਾਂ ਪ੍ਰਦੇਸਾਂ ਵਿੱਚ ਵੀ ਆਪਣੇ ਸ਼ੋਅ ਲਾਏ, ਜਿਵੇਂ ਕਨੇਡਾ, ਅਮੈਰੀਕਾ, ਦੁਬਈ, ਇਹਨਾਂ ਦੇਸ਼ਾਂ ਵਿੱਚ ਵੀ ਉਹਨਾਂ ਨੇ ਆਪਣੇ ਸ਼ੋਅ ਲਾਏ। ਉਸ ਟਾਈਮ ਦੇ ਵਿੱਚ ਅਮਰ ਸਿੰਘ ਚਮਕੀਲਾ ਉਸ ਟਾਈਮ ਆਪਣਾ ਸ਼ੋਅ ਲਾਉਣ ਦੇ ਲਈ 4000 ਰੁਪਇਆ ਲੈਂਦੇ ਸੀ ਅਤੇ ਉਸ ਟਾਈਮ 4000 ਰੁਪਇਆ ਵੀ ਕਾਫੀ ਹੁੰਦਾ ਸੀ। ਅਤੇ ਜੇ ਆਪਾਂ ਉਹਨਾਂ ਦੇ ਟੈਲੈਂਟ ਦੀ ਗੱਲ ਕਰੀਏ ਤਾਂ ਜਲੰਧਰ ਦੇ ਇੱਕ ਪਿੰਡ ਵਿੱਚ ਉਹਨਾਂ ਦਾ ਪ੍ਰੋਗਰਾਮ ਸੀ ਅਤੇ ਇੱਕ ਬੰਦੇ ਨੇ ਉਹਨਾਂ ਨੂੰ ਕਿਹਾ, ਤੇਰੇ ਕੋਲ ਸੌਂਗ ਤਾਂ ਬਹੁਤ ਆ ਵੈਸੇ, ਪਰ ਤੇਰੇ ਕੋਲ ਇੱਕ ਧਾਰਮਿਕ ਗੀਤ ਨਹੀਂ ਹੈਗਾ ਮੁੰਡਿਆ, ਧਾਰਮਿਕ ਗੀਤ ਵੀ ਗਾ ਲਿਆ ਕਰ। ਅਤੇ ਜਦੋਂ ਆਪਣਾ ਉਹ ਪ੍ਰੋਗਰਾਮ ਖਤਮ ਕਰਕੇ ਘਰ ਵਾਪਸ ਜਾ ਰਿਹਾ ਸੀ ਤਾਂ ਉਹਨਾਂ ਨੇ ਫਲੋਰ ਤੋਂ ਲੁਧਿਆਣੇ ਜਾ ਰਿਹਾ ਇੱਕ ਗੀਤ ਲਿਖਤਾ ਸੀ ਜੋ ਕਿ ਅੱਜ ਵੀ ਅਕਸਰ ਆਪਾਂ ਨੂੰ ਸੁਣਨ ਨੂੰ ਮਿਲਦਾ, ਸਾਥੋਂ ਬਾਬਾ ਖੋ ਲਿਆ ਤੇਰਾ ਨਨਕਾਣਾ। ਸਾਥੋਂ ਬਾਬਾ ਖੋ ਲਿਆ ਤੇਰਾ ਨਨਕਾਣਾ।
ਜਿਸ ਗਾਣੇ ਨੂੰ ਲੋਕਾਂ ਨੇ ਬਹੁਤ ਹੀ ਜ਼ਿਆਦਾ ਪਸੰਦ ਵੀ ਕੀਤਾ ਅਤੇ ਜੋ ਕਿ ਬਹੁਤ ਹੀ ਜ਼ਿਆਦਾ ਸੁਪਰਹਿੱਟ ਵੀ ਹੋਇਆ। ਜੇ ਆਪਾਂ ਉਹਨਾਂ ਦੇ ਧਾਰਮਿਕ ਐਲਬਮ ਦੀ ਗੱਲ ਕਰੀਏ ਤਾਂ ਉਹਨਾਂ ਦੇ 3 ਐਲਬਮ ਮਾਰਕੀਟ ਦੇ ਵਿੱਚ ਆਈਆਂ, ਬਾਬਾ ਤੇਰਾ ਨਨਕਾਣਾ, ਤਲਵਾਰ ਮੈਂ ਕਲਕੀ ਧਰਦੀ ਹਾਂ, ਨਾਮ ਜਪ ਲੈ। ਜਿਵੇਂ ਕਿ ਤੁਹਾਨੂੰ ਦੱਸ ਦਈਏ, ਅਮਰ ਸਿੰਘ ਚਮਕੀਲਾ ਨੇ ਆਪਣੇ 3 ਐਲਬਮ ਦੀ ਕਮਾਈ ਹੀ ਆਪਣੇ ਕੋਲ ਨਹੀਂ ਰੱਖੀ ਸੀ, ਉਹਨਾਂ ਨੇ ਆਪਣੀ ਧਾਰਮਿਕ ਐਲਬਮਾਂ ਦੀ ਕਮਾਈ ਹੀ ਸਾਰੀ ਦਾਨ ਕਰਤੀ ਸੀ। ਜਿੰਨੇ ਵਧੀਆ ਇਨਸਾਨ ਸੀ ਉਨੇ ਹੀ ਵੱਡੇ ਦਿਆਲੂ ਵੀ ਸੀ। ਉਹਨਾਂ ਦਾ ਇੱਕ ਗੀਤ ਬਹੁਤ ਹੀ ਜ਼ਿਆਦਾ ਸੁਪਰਹਿੱਟ ਹੋਇਆ ਸੀ ਪਹਿਲੇ ਲਲਕਾਰੇ ਨਾਲ, ਜੋ ਕਿ 1987 ਦੇ ਵਿੱਚ ਪਟੋਲਾ ਮੂਵੀ ਵਿੱਚ ਆਇਆ ਸੀ। ਇਸ ਤੋਂ ਬਾਅਦ ਉਹਨਾਂ ਦਾ ਗਾਣਾ ਆਇਆ ਸੀ ਮੇਰਾ ਜੀ ਕਰਦਾ, ਦੁਪੱਟਾ ਮੂਵੀ ਵਿੱਚ ਵੀ ਆਇਆ ਸੀ। ਜੇ ਆਪਾਂ ਉਹਨਾਂ ਦੇ ਗਾਣੇ ਦੀ ਗੱਲ ਕਰੀਏ ਤਾਂ ਅਮਰ ਸਿੰਘ ਚਮਕੀਲਾ ਨੇ ਬੀਬਾ ਅਮਰਜੋਤ ਦੇ ਨਾਲ 90 ਗਾਣੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਝੋਲੀ ਵਿੱਚ ਪਾਏ, ਜੋ ਸਾਰੇ ਦੇ ਸਾਰੇ ਸੁਪਰਹਿੱਟ ਹੋਏ। ਇਸ ਤੋਂ ਇਲਾਵਾ ਅਮਰ ਸਿੰਘ ਚਮਕੀਲਾ ਦੇ ਕੋਲ 200 ਤੋਂ ਵੀ ਜ਼ਿਆਦਾ ਗਾਣੇ ਪਏ ਸੀ ਜੋ ਰਿਕਾਰਡ ਨਹੀਂ ਹੋ ਸਕੇ, ਅਤੇ ਨਾ ਹੀ ਉਹ ਗੀਤ ਕਦੇ ਸਟੇਜ 'ਤੇ ਗਾਏ ਅਮਰ ਸਿੰਘ ਚਮਕੀਲਾ ਨੇ। ਇਸ ਤੋਂ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਅਮਰ ਸਿੰਘ ਚਮਕੀਲਾ ਬਹੁਤ ਹੀ ਵੱਡਾ ਗੀਤਾਂ ਦਾ ਖਜ਼ਾਨਾ ਸੀ। ਜੇ ਆਪਾਂ ਗੱਲ ਕਰੀਏ ਉਹਦੀ ਡੈੱਥ ਦੀ ਤਾਂ 8 ਮਾਰਚ 1988 ਨੂੰ ਪਿੰਡ ਮੈਸੋਪੁਰ ਫਲੌਰ ਦੇ ਕੋਲ ਜ਼ਿਲ੍ਹਾ ਜਲੰਧਰ ਵਿਖੇ ਹੋਈ ਸੀ। ਉਹਨਾਂ ਦੀ ਡੈੱਥ ਕਿਵੇਂ ਹੋਈ? ਉਹ ਇੱਕ ਵਿਆਹ ਦਾ ਪ੍ਰੋਗਰਾਮ ਲਾ ਰਹੇ ਸੀ ਜਿੱਥੇ ਕੁਝ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਸ਼ਰੇਆਮ ਗੋਲੀਆਂ ਮਾਰੀ ਗਈਆਂ ਦੋਨਾਂ ਜਾਣਿਆਂ ਨੂੰ, ਅਤੇ ਮੌਕੇ 'ਤੇ ਹੀ ਉਹਨਾਂ ਦੀ ਮੌਤ ਹੋ ਗਈ। ਕੁਝ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ। ਅਮਰ ਸਿੰਘ ਚਮਕੀਲਾ ਦੀਆਂ ਆਖਰੀ ਤਸਵੀਰਾਂ, ਇਹ ਉਹ ਘਰ ਜਿੱਥੇ ਕਿ ਅਮਰ ਸਿੰਘ ਚਮਕੀਲਾ ਦੀ ਮੌਤ ਹੋਈ ਸੀ, ਅਤੇ ਉਹ ਆਖਰੀ ਜਗ੍ਹਾ ਜਿੱਥੇ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਨੇ ਆਖਰੀ ਸਾਹ ਲਏ ਸੀ, ਇਹ ਉਹ ਸਟੇਜ ਵਾਲੀ ਜਗ੍ਹਾ ਜਿੱਥੇ ਉਹਨਾਂ ਨੇ ਆਖਰੀ ਸਟੇਜ ਲਾਈ ਸੀ, ਇਹ ਉਹ ਆਖਰੀ ਤਸਵੀਰ ਜਦੋਂ ਉਹਨਾਂ ਦੀਆਂ ਲਾਸ਼ਾਂ ਨੂੰ ਵੈਨ ਲੈ ਕੇ ਆਈ ਸੀ, ਇਹ ਉਹ ਰਾਹ ਜਿੱਥੇ ਉਹਨਾਂ ਦੀ ਆਖਰੀ ਵਾਰੀ ਕਾਰ ਆਈ ਸੀ, ਇਹ ਉਹ ਚਵਾਰਾ ਜਿੱਥੇ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਨੇ ਆਖਰੀ ਵਾਰੀ ਇਕੱਠਿਆਂ ਨੇ ਰੋਟੀ ਖਾਧੀ ਸੀ। ਉਹਨਾਂ ਦੀ ਡੈੱਥ ਨੂੰ ਲੈ ਕੇ ਬਹੁਤ ਸਾਰੇ ਲੋਕ ਬਹੁਤ ਕੁਝ ਕਹਿ ਰਹੇ ਨੇ, ਪਰ ਕਿਸੇ ਨੂੰ ਵੀ ਕਿਸੇ ਵੀ ਕਲੀਅਰ ਗੱਲ ਦਾ ਨਹੀਂ ਪਤਾ ਅਤੇ ਕੀ ਕਾਰਨ ਸੀ ਉਹਨਾਂ ਦੀ ਡੈੱਥ ਦਾ। ਕੁਝ ਲੋਕ ਉਹਨਾਂ ਦੇ ਗਾਣਿਆਂ ਦੇ ਖਿਲਾਫ਼ ਸੀ, ਕੁਝ ਲੋਕ ਉਹਨਾਂ ਦੇ ਗਾਣਿਆਂ ਦੇ ਖਿਲਾਫ਼ ਸੀ ਜੋ ਲੋਕਾਂ ਨੂੰ ਨਹੀਂ ਪਸੰਦ ਆਏ, ਪਰ ਉਹਨਾਂ ਦੀ ਡੈੱਥ ਦਾ ਮੇਨ ਕਾਰਨ ਨਹੀਂ ਪਤਾ ਲੱਗ ਸਕਿਆ ਅੱਜ ਤੱਕ। ਨਾ ਹੀ ਪਤਾ ਲੱਗ ਸਕਿਆ ਕਿਸ ਨੇ ਮਰਵਾਇਆ ਅਮਰ ਸਿੰਘ ਚਮਕੀਲਾ। ਨਹੀਂ ਭੁੱਲਣਾ ਵਿਛੋੜਾ ਸਾਨੂੰ ਤੇਰਾ, ਬਾਕੀ ਦੁੱਖ ਭੁੱਲ ਜਾਣਗੇ। ਅਮਰ ਆਰਸ਼ੀ ਦਾ ਇਹ ਗਾਣਾ ਆਇਆ ਸੀ ਰਾਤੀ ਮੈਸੋਪੁਰ ਪਿੰਡ ਵੇ, ਸਾਡੀ ਜਾਨ ਵੈਰੀਆਂ ਲਈ, ਨਾਮ ਰਹਿ ਜੂ ਦੁਨੀਆਂ 'ਤੇ ਜੇ ਛੁਪ ਗਿਆ ਚੰਦ ਚਮਕੀਲਾ। ਚਮਕੀਲਾ ਵੀ ਐਸਾ ਨਾਂ ਹੈ, ਕਿੰਨੇ ਕੁ ਪਸੰਦ ਕਰਦੇ ਆ ਚਮਕੀਲੇ ਨੂੰ, ਫਿਰ ਕਿਉਂ ਨਾ ਸਾਂਭਿਆ, ਕਾਹਤੋਂ ਮਰਾਤਾ ਵਿਚਾਰਾ। ਵਾਹ ਟੂ ਵਾਹ ਚੱਕ ਬਿੱਲੀਆਂ ਤਾਂ ਗੱਲਾਂ ਕੋਲ ਅੱਜ ਫਿਰਦੀ ਹੈ ਕਰਦੀ ਕਲੋਲ, ਅੱਖਾਂ ਬਿੱਲੀਆਂ ਤੇ ਗੱਲਾਂ ਕੋਲ ਬੋਲ ਅੱਜ ਫਿਰਦੀ ਹੈ ਕਰਦੀ ਕਲੋਲ, ਨੀ ਕਹਿਰ ਗੁਜ਼ਾਰੇਗੀ ਫਿਰਦੀ ਹੈ ਖੁਬਾਂ ਗੁਲਖਰੀ ਨੀ ਆਸ਼ਿਕ ਮਾਰੇ, ਫਿਰਦੀ ਹੈ ਖੁਬਾਂ ਗੁਲਖਰੀ ਨੀ ਆਸ਼ਿਕ ਮਾਰੇਗੀ। ਭਾਵੇਂ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਸਾਡੇ ਵਿੱਚ ਨਹੀਂ ਆ, ਪਰ ਉਹਨਾਂ ਦੇ ਗਾਣੇ ਹਮੇਸ਼ਾ ਜੱਗ 'ਤੇ ਉਹਨਾਂ ਦੇ ਨਾਂ ਵਾਂਗੂ ਅਮਰ ਹੀ ਰਹਿਣਗੇ। ਅਮਰ ਸਿੰਘ ਚਮਕੀਲਾ ਦੇ ਫੈਨ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਣ ਸਾਡੀ ਵੀਡੀਓ ਕਿੱਦਾਂ ਦੀ ਲੱਗੀ, ਅਤੇ ਜਿਨ੍ਹਾਂ ਨੇ ਸਾਡਾ ਚੈਨਲ ਵਿਰਸਾ ਟੀਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਸਾਡੀ ਯੂਟਿਊਬ ਦੀ ਫੈਮਿਲੀ ਹੋਰ ਵੱਧ ਸਕੇ। ਅਤੇ ਅੱਜ ਲਈ ਇੰਨਾ ਹੀ, ਅਤੇ ਨਵੀਂ ਵੀਡੀਓ ਨਾਲ ਜਲਦੀ ਹੀ ਮਿਲਾਂਗੇ। ਤੁਸੀਂ ਦੇਖ ਰਹੇ ਹੋ ਵਿਰਸਾ ਟੀਵੀ। ਸਾਡੀਆਂ ਨਵੀਂ ਅਪਡੇਟ ਦੇਖਣ ਦੇ ਲਈ ਵਿਰਸਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਦਬਾ ਦਿਓ ਬੈਲ ਦਾ ਆਈਕਾਨ।